ਵਾਹੀ ਗੁਰਚੀ ਕਾ ਖਾਲਸਾ ਵਾਹੀ ਗੁਰਚੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲੈ ਤੁਹਾਨੂੰ ਪਤਾ ਹੈ ਜੋ ਸਾਪ ਹੈ ਇਹ ਸਭ ਤੋਂ ਵੱਧ ਡਰਨ ਵਾਲਾ ਜਾਨਵਰ ਹੈ ਤੇ ਉਹ ਜਾ ਕੇ ਕੰਡਿਆ ਜਾਂ ਵੇਲਾ ਦੇ ਵਿੱਚ ਲੁਕ ਜਾਂਦਾ ਹੈ ਪਤਾ ਐਵੇਂ ਕਿਉਂ ਕਰਦਾ ਹੈ ਕਿਉਂਕਿ ਉਹਨੂੰ ਪਤਾ ਨਾ ਤਾਂ ਮੇਰੇ ਕੋਲ ਪੈਰ ਨਹੀਂ ਜੋ ਇੱਕਦਮ ਭੱਜ ਲਵਾਂਗਾ ਤੇ ਨਾ ਹੀ ਇੰਨੀ ਨਿਗਾਹ ਵੀ ਜੇ ਕੋਈ ਦੂਰੋਂ ਉਸ ਵੱਲ ਆਉਂਦਾ ਪਿਆ ਤੇ ਉਹਨੂੰ ਵੇਖ ਸਕੇ ਇਸ ਲਈ ਉਹ ਲੋਕੇ ਰਹਿੰਦੇ ਪਰ ਆਪਸਾ ਹੈਰਾਨ ਹੋਵਾਂਗੇ ਕਿ ਉਹ ਆਪਣੀ ਇਸ ਗੱਲ ਨੂੰ ਕਿਸੇ ਦੇ ਸਾਹਮਣੇ ਕਦੇ ਵੀ ਨਹੀਂ ਆਉਣ ਦਿੰਦਾ ਉਹਦੇ ਪੈਰ ਨਹੀਂ ਪਰ ਫਿਰ ਵੀ ਉਹ ਰਿੜ-ਰਿੜ ਕੇ ਤੁਰਦਾ ਫਿਰਦਾ ਅੱਖਾਂ ਭਾਵੇਂ ਸਹੀ ਨਹੀਂ ਦੇਖਦੀਆਂ ਆਪਣੀ ਜੀਭ ਦੀ ਮਦਦ ਲੈ ਉਹ ਰਾਸੰਗ ਚੀਜ਼ਾਂ ਦਾ ਪਤਾ ਕਰ ਲੈਂਦਾ ਪਰ ਫਿਰ ਵੀ ਆਪਾ ਸਭ ਉਸ ਤੋਂ ਡਰਦੇ ਕਿਉਂਕਿ ਉਹ ਆਪਣੀ ਲਾਚਾਰੀ ਨੂੰ ਕਿਸੇ ਦੇ ਸਾਹਮਣੇ ਨਹੀਂ ਦੱਸਦਾ ਉਹਨੂੰ ਪਤਾ ਹੈ ਲੋਕਾਂ ਸਾਹਮਣੇ ਜੇ ਇਹ ਗੱਲ ਲਾਗੀ ਤਾਂ ਲੋਕਾਂ ਨੇ ਉਹਨੂੰ ਕਿਤੇ ਜੀਨ ਵੀ ਨਹੀਂ ਦੇਣ ਤੇ ਜੋ ਡਰ ਹੈ ਜੇ ਲੋਕਾਂ ਦੇ ਮਨ ਵਿੱਚ ਉਸ ਨੂੰ ਲੈ ਕੇ ਹੈ ਉਹ ਸਾਰਾ ਪੱਜ ਜਾਵੇਗਾ ਤੇ ਐਵੇਂ ਹੀ ਆਪਾਂ ਸਭ ਨਾਲ ਹੁੰਦਾ ਜਦੋਂ ਆਪਾਂ ਆਪਣੀਆਂ ਗੱਲਾਂ ਜਾਂ ਭੇਦ ਲੋਕਾਂ ਨੂੰ ਦੱਸਦੇ ਨੇ ਤਾਂ ਉਹ ਗੱਲਾਂ ਹੀ ਕਿਤੇ ਨਾ ਕਿਤੇ ਆਪਾਂ ਨੂੰ ਤਬਾਹ ਕਰ ਦਿੰਦੀਆਂ ਕਿਉਂਕਿ ਜਦੋਂ ਆਪਣੀ ਕਮਜ਼ੋਰੀ ਕਿਸੇ ਨੂੰ ਪਤਾ ਹੁੰਦੀ ਹੈ ਤਾਂ ਫਿਰ ਉਸ ਦਾ ਫਾਇਦਾ ਹੀ ਚੁੱਕ ਦੇਣ ਇਸ ਲਈ ਜੋ ਵੀ ਆਪਨੇ ਭੇਦ ਨੇ ਉਹ ਕਿਸੇ ਨੂੰ ਕਦੇ ਨਾ ਦੱਸੋ ਜੋ ਅੱਜ ਤੁਹਾਡਾ ਸੱਜਣ ਹੈ ਉਹ ਕੱਲ ਦੁਸ਼ਮਣ ਵੀ ਹੋ ਸਕਦਾ ਹੈ ਆਪਣੇ ਪਰਿਵਾਰ ਵਿੱਚ ਜੋ ਵੀ ਗੱਲ ਹੋਵੇ ਉਹ ਬਾਹਰ ਨਾ ਕਰੋ ਕਿਉਂਕਿ ਘਰ ਦੀ ਗੱਲ ਘਰ ਰਵੇ ਉਹਨਾਂ ਹੀ ਵਧੀਆ ਹੁੰਦਾ ਹੈ ਲੋਕਾਂ ਨੂੰ ਤਾਂ ਸਭੋ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਜੋ ਆਪਾਂ ਨੂੰ ਨਹੀਂ ਦੇਣਾ ਚਾਹੀਦਾ ਜੇ ਆਪਾਂ ਕਿਸੇ ਨੂੰ ਦੱਸਦੇ ਵੀ ਆਂ ਤਾਂ ਬਾਹਰ ਵਾਲੇ ਲੋਕੀ ਸਗੋਂ ਹੋਰ ਅੱਗ ਲਾਉਂਦੇ ਨੇ ਵੀ ਉਹ ਕਹਿੰਦੇ ਨੇ ਨਾ ਵੀ ਅੱਗ ਦੇ ਵਿੱਚ ਕਿਉਂ ਪਾਉਂਦਾ ਕੰਮ ਕਰਦੇ ਨੇ ਵੀ ਹੋਰ ਬਲੇ ਉਹ ਪਲਾ ਥੋੜਾ ਚਾਉਂਦੇ ਨੇ ਤੇ ਜੇ ਚਾਹੁੰਦੇ ਹੋ ਵੀ ਲੋਕ ਤੁਹਾਡਾ ਇੱਜ਼ਤ ਮਾਨ ਸਮਾਨ ਹਮੇਸ਼ਾ ਕਰ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਨ ਤਾਂ ਉਹਨਾਂ ਨੂੰ ਆਪਣੇ ਜੋ ਵੀ ਦਾ ਪੇਚ ਨੇ ਤੁਹਾਡੀ ਕਾਬਲੀਅਤ ਨੇ ਜਾਂ ਸਾਰੇ ਗੁਣ ਨੇ ਉਹ ਕਦੇ ਵੀ ਨਾ ਦੱਸੋ ਨਹੀਂ ਤਾਂ ਤੁਹਾਡੇ ਉਹ ਲੋਕ ਮਾਨ ਸਮਾਨ ਨਹੀਂ ਕਰਨਗੇ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਡਾਕਟਰ ਹੁੰਦਾ ਜਦੋਂ ਕਿਸੇ ਬਿਮਾਰ ਹੋਣਾ ਉਹਦੇ ਕੋਲ ਜਾਣਾ ਉਹਨੇ ਦਵਾਈ ਦੇਣੀ ਤੇ ਉਹਨਾ ਠੀਕ ਹੋ ਜਾਣਾ ਕਿਉਂਕਿ ਹੋਰ ਪਿੰਡ ਵਿੱਚ ਕੋਈ ਨਹੀਂ ਸੀ ਜਿਸ ਨੂੰ ਬਿਮਾਰ ਨੂੰ ਠੀਕ ਕਰਨਾ ਆਉਂਦਾ ਹੋਵੇ ਤਾਂ ਸਾਰੇ ਲੋਕ ਬੜਾ ਉਹਦਾ ਆਦਰਮਾਨ ਕਰਦੇ ਸੀ ਐਵੇਂ ਕਿਉਂ ਸੀ ਕਿਉਂਕਿ ਉਹਦੇ ਕੋਲ ਗੁਣ ਸੀ ਤੇ ਜਿਉ ਡਾਕਟਰ ਸਾਰੀਆਂ ਦਵਾਈਆਂ ਜੜੀਆਂ ਬੂਟੀਆਂ ਦੱਸ ਦਵੇ ਬੇ ਇਹਨਾਂ ਨਾਲ ਆਰਾਮ ਆਵੇਗਾ ਤੇ ਉਹਦੇ ਕੋਲ ਕੌਣ ਜਾਵੇਗਾ ਫਿਰ ਕਿਸੇ ਨੂੰ ਉਹਦੀ ਕੀ ਲੋੜੇ ਤੇ ਕਦੇ ਵੀ ਕਿਸੇ ਨੂੰ ਬਿਨਾ ਮੰਗਿਆ ਸਲਾਹ ਨਾ ਦਵੋ ਆਪਾਂ ਚਾਹੁੰਨੇ ਆ ਵੀ ਲੋਕ ਸਾਡੀ ਇੱਜ਼ਤ ਕਰਨ ਸਾਡੀਆਂ ਗੱਲਾਂ ਦਾ ਵੀ ਧਿਆਨ ਕਰ ਧਿਆਨ ਨਾਲ ਸੁਣ ਤਾਂ ਕਿਸੇ ਨੂੰ ਵੀ ਸਲਾਹ ਨਾ ਦਵੋ ਬਿਨਾ ਮੰਗੇ ਜਦੋਂ ਤੱਕ ਤੁਹਾਡੀ ਕੋਈ ਸਲਾਹ ਨਹੀਂ ਮੰਗਦਾ ਕਿਉਂਕਿ ਆਪਣੀ ਮਨੁੱਖਾਂ ਦੀ ਇੱਕ ਆਦਤ ਹੈ ਆਪਾਂ ਜਦੋਂ ਵੀ ਕੋਈ ਚੀਜ਼ ਮੁਕਤ ਵਿੱਚ ਮਿਲੇ ਆਪਾਂ ਕਦੇ ਵੀ ਉਹਦੀ ਕਦਰ ਨਹੀਂ ਪਾਉਂਦੇ ਜੇ ਕਿਸੇ ਨੂੰ ਲੋੜੇ ਤਾਂ ਤੁਹਾਡੇ ਕੋਲ ਆ ਕੇ ਪੁੱਛੇ ਤਾਂ ਦੱਸੋ ਕਿਉਂਕਿ ਉਸ ਸਮੇਂ ਉਹ ਤੁਹਾਡੀ ਕਹੀ ਗੱਲ ਨੂੰ ਸੁਨੇਗਾ ਵੀ ਤੇ ਸਮਝੇਗਾ ਵੀ ਆਪਾਂ ਨੂੰ ਇੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੋ ਕਦੇ ਵੀ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀ ਆਪਾਂ ਸਭ ਨਾਲ ਚੰਗਾ ਕਰਦੇ ਫਿਰ ਵੀ ਜੇ ਲੋਕ ਆਪਣੇ ਨਾਲ ਮਾੜਾ ਕਰਦੇ ਨੇ ਤਾਂ ਕੀ ਕੀਤਾ ਜਾਵੇ ਜੇ ਵਧੀਆ ਕਰ ਵੀ ਅਜੇ ਆਪਾਂ ਦੁੱਖ ਮਿਲਦਾ ਪਿਆ ਤਾਂ ਸਮਝੋ ਆਪਾਂ ਅਜੇ ਤੱਕ ਕਿਸੇ ਦਾ ਭਲਾ ਕਰਨ ਦਾ ਭਾਵ ਸਮਝਿਆ ਹੀ ਨਹੀਂ ਪਲਾ ਕਰੰਦਾ ਭਾਵ ਇਹ ਨਹੀਂ ਵੀ ਜਿਵੇਂ ਲੋਕ ਆਪਣੇ ਉਂਗਲਾਂ ਤੇ ਆਪਾਂ ਨੂੰ ਨਚਾਉਂਦੇ ਨੇ ਉਵੇਂ ਨੱਚੀ ਜਾ ਇਹਨੂੰ ਪਲਾ ਕਰਨਾ ਨਹੀਂ ਬਲਕਿ ਕਿਸੇ ਦੀ ਕਟਪੁਤਲੀ ਬੰਨਣਾ ਕਹਿੰਦੇ ਨੇ ਪਲੇ ਦਾ ਭਾਵ ਹੈ ਕਿਸੇ ਨਾਲ ਕੁਝ ਗਲਤ ਨਾ ਕਰੋ ਤੇ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚਾ ਤਾਂ ਤੁਸੀਂ ਇੱਕ ਵਧੀਆ ਮਨੁੱਖ ਬਣੇ ਦਾ ਭਾਵ ਇਹ ਨਹੀਂ ਵੀ ਹਰ ਮਨੁੱਖ ਅਗੇ ਤੁਸੀਂ ਆਪਣੇ ਧੋਣਨੀ ਵੀ ਕਰ ਬੈਠੇ ਰਹੋ ਜਿਵੇਂ ਕਿੰਨੀਆਂ ਨਹਿਰਾਂ ਨੂੰ ਉਹਨਾਂ ਦਾ ਪਾਣੀ ਦਾ ਮਿੱਠਾ ਹੁੰਦਾ ਪਰ ਜਦੋਂ ਕਿਸੇ ਸਮੁੰਦਰ ਵਿੱਚ ਮਿਲਦਾ ਤਾਂ ਉਹ ਆਪਣਾ ਖਾਰਾਪਣ ਨਹੀਂ ਛੱਡਦਾ ਐਵੇਂ ਤੁਸੀਂ ਭਾਵ ਕਿਸੇ ਨਾਲ ਜੋ ਹੈ ਉਹ ਮੁਰਗ ਤੇ ਬੇਅਕਲ ਉਹਦਾ ਜਿੰਨਾ ਮਰਜ਼ੀ ਭਲਾ ਕਰ ਲਵੋ ਉਹਨੇ ਫਿਰ ਵੀ ਨਿੰਦਿਆ ਹੀ ਕਰਨੀ ਇਸ ਲਈ ਆਪਣਾ ਸਮਾਂ ਪਿਆਰ ਉਹਨਾਂ ਨੂੰ ਜੋ ਦਵੋ ਜੋ ਤੁਹਾਡਾ ਇੱਜ਼ਤ ਮਾਨ ਕਰ ਜੋ ਤੁਹਾਡਾ ਸਤਿਕਾਰ ਕਰਨ ਪੁਰਾਣੇ ਸਮੇਂ ਵਿੱਚ ਨਾ ਬਹੁਤ ਜੰਗਲ ਹੋਇਆ ਕਰਦੇ ਸੀ ਤੇ ਵਿੱਚ ਬਹੁਤ ਪਸ਼ੂ ਪੰਛੀ ਰਹਿੰਦੇ ਸੀ ਤੇ ਉਸ ਸਮੇਂ ਲੋਕ ਸ਼ਿਕਾਰ ਖੇਡਿਆ ਕਰਦੇ ਸੀ ਜਾਂ ਕਰਿਆ ਕਰਦੇ ਸੀ ਇੱਕ ਮਨੁੱਖ ਨੇ ਪਾਣੀ ਜੋ ਜੰਗਲ ਵਿੱਚ ਸੀ ਭਾਵ ਨਹਿਰਾਂ ਤਲਾਬਾਂ ਉਤੇ ਚੱਲਣ ਵਾਲਾ ਕੁੱਤਾ ਖਰੀਦਿਆ ਉਹਨੂੰ ਜੋ ਮਨੋਕਸੀ ਉਹਨੂੰ ਲਗਾ ਵੀ ਜੇ ਮੈਂ ਆਪਣੇ ਆਂਡ ਗੁਆਣ ਮੇਰੀ ਪ੍ਰਸ਼ੰਸਾ ਹੋਵੇਗੀ ਉਹ ਕੀ ਕਰਦਾ ਆਪਣੇ ਸਾਰੇ ਦੋਸਤਾਂ ਨੂੰ ਅਜਨਾਲ ਲੈ ਜਾਂਦਾ ਤੇ ਕਈ ਪੰਛੀਆਂ ਤੇ ਨਿਸ਼ਾਨਾ ਲਾਉਂਦਾ ਉਹ ਨਹਿਰ ਵਿੱਚ ਦੇਖਦੇ ਨੇ ਉਮਨੁਖ ਇਸ਼ਾਰਾ ਕਰਦਾ ਕੁੱਤਾ ਝਾਟ ਪੰਛੀਆਂ ਉਹ ਨਹਿਰ ਦੇ ਵਿੱਚੋਂ ਇਕੱਠੇ ਕਰ ਲਿੰਦਾ ਉਹਨੂੰ ਹੁੰਦਾ ਵੀ ਹੁਣੇ ਸਭ ਜ਼ਰੂਰ ਮੇਰੀ ਜੋ ਹੈ ਪਰਸੰਤਾ ਕਰਨਗੇ ਵੀ ਉਤਸਤ ਕਰਨਗੇ ਵੀ ਹਾਂ ਵੇਖੋ ਕਿੰਨਾ ਵਧੀਆ ਕੰਮ ਕੀਤਾ ਪਰ ਉਹ ਤਾਂ ਸਾਰੇ ਆਪਣੇ ਧਿਆਨੇ ਲੱਗੇ ਸੀ ਸ਼ਾਮ ਹੋਈ ਉਹ ਘਰ ਜਾਣ ਲੱਗੇ ਜਾਂਦੇ ਹੋਏ ਉਹ ਸਭ ਨੂੰ ਪੁੱਛਦਾ ਵੀ ਤੁਸੀਂ ਕੁਝ ਖਾਸ ਨਹੀਂ ਵੇਖਿਆ ਅੱਜ ਉਹ ਕਹਿੰਦੇ ਖਾਸ ਤਾਂ ਨਹੀਂ ਪਰ ਅੱਜ ਤੇਰੇ ਕੁੱਤੇ ਵਿੱਚ ਇੱਕ ਖਾਮੀ ਵੇਖੀ ਉਮਨੁਖ ਪੜਾ ਹੈਰਾਨ ਹੋਇਆ ਬੀਤਾ ਨਹਿਰ ਵਿੱਚ ਛੱਟ ਤੁਰਦਾ ਫਿਰਦਾ ਸੀ ਇਸ ਵਿੱਚ ਖਾਮੀ ਉਹਦੇ ਉਸ ਸਾਥੀ ਕਹਿੰਦੇ ਵੀ ਤੇਰਾ ਜਿਹੜਾ ਜਾਨਵਰ ਏ ਇਹ ਦੂਜੇ ਜਿਹੇ ਜਾਨਵਰਾਂ ਵਾਂਗ ਤੈਰਦਾ ਤਾਂ ਹੈ ਨਹੀਂ ਇੱਥੇ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਵੀ ਲੋਕ ਤਾਂ ਚੰਗੀ ਤੋਂ ਚੰਗੀ ਚੀਜ਼ ਵੀ ਕੋਈ ਨਾ ਕੋਈ ਖਾਮੀ ਕਾਢੀ ਦੇਂਦੇ ਨੇ ਆਪਣੇ ਵਿੱਚ ਕੁੱਝ ਕੁੱਝ ਐਵੇਂ ਦੇ ਨੇ ਜਿਨ੍ਹਾਂ ਨੂੰ ਚੰਨ ਦੇ ਵਿੱਚ ਵੀ ਤੱਬੇ ਹੀ ਦੇਖਦੇ ਨੇ ਦਾਗ ਹੀ ਦੇਖਦੇ ਨੇ ਗੁਲਾਬ ਦੇ ਬੂਟੇ ਨਾਲ ਸਿਰਫ ਕੰਡੇ ਹੀ ਦੇਖਦੇ ਨੇ ਤੇ ਆਪਣੇ ਨਾਲ ਵੀ ਐਵੇਂ ਹੁੰਦਾ ਆਪਾਂ ਆਪਣੀ ਜ਼ਿੰਦਗੀ ਵਿੱਚ ਕਈਆਂ ਨੂੰ ਖੁਸ਼ੀ ਦੇਣ ਲਈ ਸਾਰਾ ਜ਼ੋਰ ਲਾ ਦਿੰਨੇ ਪਰ ਉਹਦਾ ਮੂੰਹ ਫਿਰ ਵੀ ਉਵੇਂ ਹੀ ਬਣਿਆ ਰਹਿੰਦੇ ਆਪਾਂ ਕਈਆਂ ਦਾ ਹਮੇਸ਼ਾ ਚੰਗਾਈ ਕੀਤਾ ਹੁੰਦਾ ਪਰ ਫਿਰ ਵੀ ਕੋਈ ਸਾਡੀ ਨਿੰਦਿਆ ਚੁਗਲੀ ਕਰਨ ਤੋਂ ਬਾਜ਼ ਨਹੀਂ ਆਉਂਦਾ ਜੋ ਲੋਕ ਸਾਡੀ ਨਿੰਦਿਆ ਚੁਗਲੀ ਕਰਦੇ ਨੇ ਉਹ ਤਾਂ ਹੀ ਕਰਦੇ ਨੇ ਜਿੱਥੇ ਆਪਾਂ ਪਹੁੰਚੇ ਹੁੰਦੇ ਆ ਉਹ ਉੱਥੋਂ ਤੱਕ ਅਜੇ ਤੱਕ ਨਹੀਂ ਪਹੁੰਚ ਹੁੰਦੇ ਭਾਵੇਂ ਉਸ ਮੁਕਾਮ ਤੱਕ ਅਜੇ ਪਹੁੰਚਣੀ ਹੁੰਦੀ ਉਹ ਆਪਣੇ ਵਰਗੇ ਨਹੀਂ ਬਣ ਪਾਉਂਦੇ ਇਸ ਲਈ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਨਾ ਲੱਗੇ ਰਿਹਾ ਕਰੋ ਜੋ ਤੁਹਾਨੂੰ ਵਧੀਆ ਲੱਗਦੇ ਉਹ ਕਰੋ ਜਿੰਨਾ ਖਾਮੀਆਂ ਕੱਢਣੀਆਂ ਨੇ ਉਹ ਤਾਂ ਰੱਬ ਨੂੰ ਵੀ ਨਹੀਂ ਛੱਡਦੇ ਕਈਆਂ ਅੰਧਿਆ ਪਤਾ ਆਦਤ ਹੀ ਹੁੰਦੀ ਹੈ ਵੀ ਆਪਾਂ ਹਰ ਇੱਕ ਚੀਜ਼ ਵਿੱਚ ਨੁਕਸ ਕੱਢਣੇ ਕੱਢਣਾ ਉਹਨਾਂ ਨੂੰ ਹੁੰਦਾ ਹੈ ਬਸ ਇਹਨੂੰ ਕਿਸੇ ਵੀ ਤਰੀਕੇ ਆਪਾਂ ਗਲਤ ਠਹਿਰਾਉਣਾ ਐਵੇਂ ਦੇ ਮਨੁੱਖ ਕਦੇ ਵੀ ਆਪਣੇ ਜੀਵਨ ਵਿੱਚ ਕਦੇ ਅੱਗੇ ਨਹੀਂ ਵਧ ਪਾਉਂਦੇ ਨਹੀਂ ਉਹ ਕਾਮਯਾਬੀ ਹਾਸਲ ਕਰ ਪਾਉਂਦੇ ਨਹੀਂ ਹਰ ਮਨੁੱਖ ਦੇ ਜੀਵਨ ਵਿੱਚ ਐਵੇਂ ਦੇ ਮਨੁੱਖ ਜ਼ਰੂਰ ਹੁੰਦੇ ਨੇ ਇਹਨਾਂ ਨੂੰ ਲੱਭਣ ਦੀ ਜ਼ਰੂਰਤ ਨਹੀਂ ਇਹ ਆਪੇ ਦਸਤਕ ਦੇ ਦਿੰਦੇ ਨੇ ਫਿਰ ਆਪਾਂ ਨੂੰ ਕੀ ਲੋੜ ਪਈਏ ਐਵੇਂ ਮਨੁੱਖਾਂ ਅੱਗੇ ਆਪਣੇ ਆਪ ਨੂੰ ਵਧੀਆ ਦੱਸਣ ਦੀ ਵੀ ਮੈਂ ਵਧੀਆ ਮੇਰੇ ਵਿੱਚ ਇਹ ਗੁਣ ਨੇ ਕਿਉਂਕਿ ਆਪਾਂ ਜਿੰਨਾ ਮਰਜ਼ੀ ਕਰ ਲਈ ਫਿਰ ਵੀ ਕੋਈ ਨਾ ਕੋਈ ਨੁਕਸ ਆਪਣੇ ਵਿੱਚੋਂ ਕੱਢੀ ਦੇਣਾ ਆਪਣੀ ਬੁराई ਕਰਨੀ ਕਰਨੀ ਸਾਡੀ ਸਮਾਜ ਦਾ ਕੰਮ ਹੈ ਬੋਲਣਾ ਉਹਨਾਂ ਬੋਲਣਾ ਹੀ ਬੋਲਣਾ ਪਰ ਆਪਾਂ ਉਹਨਾਂ ਵੱਲ ਧਿਆਨ ਨਾ ਦੇ ਆਪਣੇ ਕੰਮ ਵੱਲ ਧਿਆਨ ਦੇਣਾ ਆਸੇ ਪਾਸੇ ਨਾ ਵੇਖੋ ਵੀ ਕੌਣ ਸਾਡੀ ਉਸਤਤ ਕਰਦਾ ਪਿਆ ਤੇ ਕੌਣ ਸਾਡੀ ਨਿੰਦਿਆ ਕਰਦਾ ਪਿਆ ਜੇ ਕਿਸੇ ਦੇ ਆਸੇ ਪਾਸੇ ਐਵੇਂ ਦੇ ਲੋਕ ਨੇ ਜੋ ਸਿਰਫ ਕਮੀਆਂ ਤੇ ਨੁਕਸੀ ਕਰਦੇ ਨੇ ਤਾਂ ਉਹਨਾਂ ਦੀ ਪਰਵਾਹ ਕਰਨੀ ਛੱਡ ਦਿਓ ਕਿਉਂਕਿ ਉਹਨਾਂ ਤਾਂ ਚੰਗੇ ਬੋਲ ਬੋਲਣੇ ਨਹੀਂ ਇਹ ਉਹਨਾਂ ਦੀ ਆਦਤ ਬਣ ਗਈ ਇਸ ਲਈ ਤੁਸੀਂ ਉਸ ਪਾਸੇ ਜਮਾ ਵੀ ਧਿਆਨ ਨਾ ਦੋ ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰੋ ਤੇ ਐਵੇਂ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜ਼ਿੰਦਗੀ ਬੜੀ ਸੋਖੀ ਹੋ ਜਾਏਗੀ ਪਤਾ ਹੈ ਅੱਜ ਆਪਣੇ ਰਿਸ਼ਤਿਆਂ ਵਿੱਚ ਫਿੱਕ ਕਿਉਂ ਆਪਾਂ ਜੋ ਇੱਕ ਦੂਜੇ ਲਈ ਬੁਰਾ ਬੋਲਦੇ ਰਹਿੰਦੇ ਹਾਂ ਮੂੰਹ ਤੇ ਤਾਂ ਸਭ ਤਾਰੀਫਾਂ ਦੇ ਪੁਲ ਬੰਨ ਲੈਂਦੇ ਨੇ ਜਰਾ ਜੀ ਕੰਡ ਨਹੀਂ ਕੀਤੀ ਤੇ ਉਹ ਤਾਰੀਫ ਫਿਰ ਆਪਣੀ ਜੋ ਹੈ ਮਾੜੀ ਸ਼ਬਦ ਬਣ ਜਾਂਦੀ ਬੜੇ ਘਟ ਗਿਣਤੀ ਦੇ ਲੋਕ ਨੇ ਜੋ ਅੱਜ ਕਿਸੇ ਦੇ ਲਈ ਚੰਗੀ ਸੋਚ ਰੱਖਦੇ ਨੇ ਤੇ ਉਸ ਲਈ ਵੈਗਰੂ ਤੋਂ ਚੰਗਾ ਮੰਗਦੇ ਨੇ ਉਹਦੇ ਲਈ ਅਰਦਾਸ ਕਰਦੇ ਅੱਜ ਪਤਾ ਹੈ ਐਵੇਂ ਦਾ ਮਾਹੌਲ ਹੋ ਗਿਆ ਲੋਕਾਂ ਨੂੰ ਕਿਸੇ ਬਾਰੇ ਦੋ ਚੰਗੇ ਬੋਲ ਸੁਣਨ ਵਿੱਚ ਉਹ ਖੁਸ਼ੀ ਨਹੀਂ ਮਿਲਦੀ ਜੋ ਦੀ ਬੁਰਾਈ ਸੁਣ ਕੇ ਖੁਸ਼ੀ ਮਿਲਦੀ ਬਿਓ ਦੀ ਜ਼ਿੰਦਗੀ ਵਿੱਚ ਕੀ ਹੁੰਦਾ ਪਿਆ ਤਾਕਤ ਚਾਕ ਦੀ ਅੱਜ ਆਪਾਂ ਨੂੰ ਬਹੁਤ ਆਦਤ ਪੈ ਗਈ ਅੱਜ ਦੇ ਸਮੇਂ ਵੀ ਕੋਈ ਚੰਗਾ ਹੋ ਸਕਦਾ ਲੋਕੀ ਇਸ ਗੱਲ ਤੇ ਵੀ ਵਿਸ਼ਵਾਸ ਨਹੀਂ ਕਰਦੇ ਅੱਜ ਆਪਣੀ ਵਧੀਆ ਵੇਖਣ ਦੀ ਸ਼ਕਤੀ ਖਤਮ ਹੋ ਗਈ ਜੋ ਸੋਚੋ ਤੁਹਾਡੇ ਨਾਲ بیٹھ ਦੂਜਿਆਂ ਦੀ ਕਮੀਆਂ ਕੱਟ ਦਿੰਦਾ ਚੁਗਲੀਆਂ ਕਰਦਾ ਉਹ ਤੁਹਾਡੀਆਂ ਵੀ ਕਿਸੇ ਨਾਲ ਕਰਦਾ ਹੁਣ ਕਿਉਂਕਿ ਉਹਦੀ ਆਦਤ ਹੈ ਕਿਸੇ ਦੀ ਚੰਗਿਆਈ ਉਹੀ ਦੇਖ ਸਕਦਾ ਜਿਸ ਵਿੱਚ ਖੁਦ ਗੁਣ ਤੇ ਚੰਗਿਆਈ ਆਪਾਂ ਜੇ ਕਿਸੇ ਬਾਰੇ ਮਾੜਾ ਬੋਲਦੇ ਆ ਉਹ ਆਪਾਂ ਆਪਣਾ ਆਪ ਹੀ ਦੱਸ ਰਹੇ ਹੁੰਦੇ ਆ ਵੀ ਆਪਾਂ ਕਿੰਨੇ ਕੁ ਪਾਣੀ ਵਿੱਚ ਜੇ ਆਪਣੇ ਬਾਰੇ ਕੋਈ ਮਾੜਾ ਬੋਲਦਾ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਉਹ ਤਾਂ ਖੁਦ ਹੀ ਆਪਣੇ ਆਪ ਨੂੰ ਵੱਧ ਬੁਰਾ ਕਰੀ ਜਾਂਦੇ ਜੋ ਹਰ ਵਕਤ ਨਿੰਦਿਆ ਚੁਗਲੀ ਵਿੱਚ ਲੱਗਾ ਰਹਿੰਦਾ ਹੈ ਨਾ ਲੋਕੀ ਉਸ ਦਾ ਵਿਸ਼ਵਾਸ ਨਹੀਂ ਵੀ ਨਹੀਂ ਕਰਦੇ ਫਿਰ ਆਪਾਂ ਇਸ ਔਗਣ ਨੂੰ त्याਗੀ ਜੇ ਆਪਾਂ ਆਪਣੀਆਂ ਅੱਖਾਂ ਕੰਨਾਂ ਰਾਈ ਗਲਤੀ ਸੁਣਦੇ ਦੇਖਦੇ ਰਾਂਗੇ ਤਾਂ ਆਪਾਂ ਅੰਦਰ ਗੰਦੀ ਸਿੱਟ ਰੇ ਤੇ ਜੀਵਨ ਵੀ ਉਵੇਂ ਦਾ ਹੀ ਬਣ ਜਾਵੇਗਾ ਜੋ ਆਪਣੇ ਅੰਦਰ ਜਾਂਦਾ ਉਹੀ ਬਾਹਰ ਆਉਂਦਾ ਆਪਾਂ ਫਿਰ ਓਵੇਂ ਦੇ ਬਣ ਜਾਂਦੇ ਆ ਇਸ ਲਈ ਜ਼ਿੰਦਗੀ ਦਾ ਇੱਕ ਨਿਯਮ ਬਣਾ ਲਓ ਨਾ ਤਾਂ ਆਪਣੀ ਨਿੰਦਿਆ ਕਰਨੀ ਤੇ ਨਾ ਆਪਾਂ ਸੁਣਨੀ ਜੋ ਸੁਣਾਗਾ ਉਹੀ ਕੁਮ ਸਾਡੇ ਜੀਵਨ ਵਿੱਚ ਆਉਂਦਾ ਇਸ ਲਈ ਘੁੰਮਣ ਘੇਰੀਆਂ ਵਿੱਚ ਨਾ ਪੋ ਤੇ ਸਭ ਛੱਡ ਅੱਗੇ ਵਧ ਜਾਓ